ਸੜਕ ਤੇ ਚਲਦੀ ਹੋਈ ਇੱਕ ਨਿੱਜੀ ਬੱਸ ਦੇ ਨਾਲ ਉਦੋਂ ਹਾਦਸਾ ਵਾਪਰ ਗਿਆ ਜਦੋਂ ਇਹ ਬੱਸ ਬੇਕਾਬੂ ਹੋ ਕੇ ਪਹਿਲਾਂ ਤਾਂ ਦਰਖਤ 'ਚ ਜਾ ਵੱਜੀ ਤੇ ਫਿਰ ਸੜਕ ਦੇ ਕੰਢੇ ਪਲਟ ਗਈ, ਜਿਸ ਦੇ ਵਿੱਚ ਸਵਾਰੀਆਂ ਵੀ ਮੌਜੂਦ ਸਨ ਜਿਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ ਤੇ ਉਹਨਾਂ ਦੀਆਂ ਚੀਕਾਂ ਸੁਣ ਰਾਹਗੀਰ ਵੀ ਭੱਜੇ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਅਚਾਨਕ ਬੇਕਾਬੂ ਹੋ ਗਈ, ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਤੇ ਪਹਿਲਾਂ ਸੜਕ ਦੇ ਕੰਢੇ ਲੱਗੇ ਦਰਖਤ ਦੇ ਵਿੱਚ ਇਸ ਬੱਸ ਦੀ ਜ਼ੋਰਦਾਰ ਟੱਕਰ ਹੁੰਦੀ ਹੈ ਤੇ ਫਿਰ ਉੱਥੇ ਹੀ ਇਹ ਬੱਸ ਪਲਟ ਜਾਂਦੀ ਹੈ। ਗਨੀਮਤ ਰਹੀ ਕਿ ਪਿੱਛੇ ਕੰਧ ਸੀ ਤੇ ਕੰਧ ਨਾਲ ਜਾ ਕੇ ਇਹ ਬੱਸ ਨਹੀਂ ਵੱਜੀ ਬਲਕਿ ਕੰਧ ਤੋਂ ਥੋੜੀ ਦੂਰੀ ਤੇ ਹੀ ਪਲਟ ਗਈ। ਤਿੰਨ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਬਾਕੀ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਦੋਂ ਇੱਥੇ ਸਵਾਰੀਆਂ ਨੇ ਚੀਕਾਂ ਮਾਰੀਆਂ ਤਾਂ ਰਾਹਗੀਰ ਵੀ ਭੱਜੇ ਆਏ ਤੇ ਮਦਦ ਕਰਨ ਲੱਗੇ ਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਬੱਸ ਬੇਕਾਬੂ ਕਿੱਦਾਂ ਹੋਈ ਅਜੇ ਤੱਕ ਸਾਫ਼ ਨਹੀਂ ਹੋਇਆ, ਇੱਥੇ ਪੁਲਿਸ ਦੇ ਵੱਲੋਂ ਪੁੱਛ ਪੜਤਾਲ ਜ਼ਰੂਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਹਾਜੀਪੁਰ ਰੋਡ ਤੇ ਇਹ ਬੱਸ ਬੇਕਾਬੂ ਹੋ ਕੇ ਸੜਕ ਦੇ ਕੰਢੇ ਲੱਗੇ ਪਹਿਲਾਂ ਤਾਂ ਇੱਕ ਦਰਖਤ ਦੇ ਨਾਲ ਜਾ ਵੱਜੀ ਤੇ ਫਿਰ ਉੱਥੇ ਹੀ ਪਲਟ ਗਈ। ਇਸ ਹਾਦਸੇ ਨੂੰ ਦੇਖਣ ਵਾਲਿਆਂ ਦੇ ਵੀ ਸਾਹ ਸੁੱਕ ਗਏ। ਉਧਰ ਸਵਾਰੀਆਂ ਦੀਆਂ ਚੀਕਾਂ ਸੁਣ ਰਾਹਗੀਰ ਵੀ ਭੱਜੇ ਆਏ ਤੇ ਉਹਨਾਂ ਨੇ ਮਦਦ ਕੀਤੀ। ਸੜਕ ਸੁਰੱਖਿਆ ਫੋਰਸ ਕਰਮੀ ਵੀ ਇੱਥੇ ਪਹੁੰਚੇ ਜਿਨ੍ਹਾਂ ਨੇ ਇਹਨਾਂ ਜ਼ਖਮੀ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦੇ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਅਜਿਹਾ ਕੀ ਹੋਇਆ ਕਿ ਚੱਲਦੀ ਹੋਈ ਬੱਸ ਜੋ ਦਰਖਤ 'ਚ ਜਾ ਵੱਜੀ ਤੇ ਫਿਰ ਪਲਟ ਗਈ। ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਇੱਥੇ ਵੱਡਾ ਹਾਦਸਾ ਵੀ ਹੋ ਸਕਦਾ ਸੀ ਜੇਕਰ ਇਹ ਬੱਸ ਪਿੱਛੇ ਕੰਧ ਦੇ ਨਾਲ ਵੀ ਟੱਕਰ ਲੱਗ ਜਾਂਦੀ ਜਾਂ ਕੰਧ ਦੇ ਵਿੱਚ ਵੀ ਜਾ ਵੱਜਦੀ। ਫਿਲਹਾਲ ਜ਼ਖਮੀਆਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ ਤੇ ਉਧਰ ਪੁਲਿਸ ਵੀ ਛਾਨਬੀਨ ਕਰ ਰਹੀ ਹੈ। ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਹਾਂ ਤੇ ਮੈਂ ਆਪਣੇ ਪਿੰਡ ਡਿਊਟੀ ਆਫ ਕਰਕੇ ਜਾ ਰਹੀ ਸੀਗੀ ਮੋਰੀ ਚੱਕ 'ਚ ਤੇ ਅਚਾਨਕ ਹੀ ਜਿੱਦਾਂ ਹੋਇਆ ਅੱਗੇ ਆਇਆ ਕੁਛ ਨਹੀਂ ਹੈਗਾ, ਬਸ ਯਕਦਮ ਹੀ ਰੋਂਗ ਸਾਈਡ ਜਿਹੜੀ ਹੈਗੀ ਹੈ ਦਰਖਤ 'ਚ ਜਾ ਕੇ ਵੱਜੀ ਹੈ ਗੱਡੀ। ਹਾਂਜੀ, ਆਈ ਥਿੰਕ 20-30 ਦੇ ਤਕਰੀਬਨ ਹੋਣੀਆਂ ਸਵਾਰੀਆਂ, ਸਾਰੀਆਂ ਸੀਟਾਂ 'ਤੇ ਬੈਠੀਆਂ ਹੋਈਆਂ ਸੀ। ਅਸੀਂ ਆਪਣੇ ਸਾਧਨ 'ਤੇ ਹੀ ਆਏ ਹਾਂ। ਹਾਂਜੀ, ਕੁਛ ਕਹਿ ਨਹੀਂ ਸਕਦੇ ਇਸ ਬਾਰੇ, ਪਤਾ ਨਹੀਂ ਲੱਗਾ ਜੀ ਕੀ ਗੱਲ ਹੋਈ ਕੀ ਨਹੀਂ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਅਸੀਂ ਮਕੇਰੀਆਂ ਤੋਂ ਛੁੜੋਏ ਜਾ ਰਹੇ ਹਾਂ ਬੱਸ ਵਿੱਚ ਪਿੰਡਾਂ ਵਾਲੇ। ਅੱਛਾ, ਕਿੱਥੇ ਵਾਪਰਿਆ ਹਾਦਸਾ? ਕਾਲੂ ਟਾਂਗ ਲਾਗੇ। ਦੇਖੋ, ਸਾਨੂੰ ਹੁਣੀ ਪਤਾ ਲੱਗਿਆ ਹੈਗਾ, ਅਸੀਂ ਪਹਿਲਾਂ ਸਿਵਲ ਹਸਪਤਾਲ ਗਏ ਸੀਗੇ, ਉੱਥੇ ਤਿੰਨ ਬੰਦੇ ਜਿਹੜੇ ਇਸੇ ਬੱਸ ਤੋਂ ਉੱਥੇ ਐਡਮਿਟ ਹੋਏ ਨੇ ਆ ਕੇ, ਉਹ ਠੀਕ ਨੇ, ਸਟੇਬਲ ਨੇ ਬੰਦੇ। ਉਹਨਾਂ 'ਚੋਂ ਇੱਕ ਲੇਡੀ ਹੈਗੀ ਆ ਜਿਹੜੀ ਕਿ ਆਮ ਆਦਮੀ ਪਾਰਟੀ ਜ਼ਬਰਦਸਤੀ ਆਪਣੇ ਆਪ ਨੂੰ, ਇੱਕ ਬੰਦਾ ਕੋਈ ਯੂਪੀ ਦਾ ਹੈਗਾ ਜੀ, ਇੱਕ ਬਜ਼ੁਰਗ ਨੇ ਜੀ ਉੱਥੇ ਜਿਹੜੇ ਐਡਮਿਟ ਨੇ ਜੀ, ਉਹ ਠੀਕ ਨੇ। ਬਾਕੀ ਅਸੀਂ ਇੱਥੇ ਮੌਕਾ ਦੇਖਣ ਆਏ ਸੀ, SHO ਸਾਹਿਬ ਵੀ ਆਏ ਨੇ, ਜਿੱਥੇ ਤੁਹਾਡੇ ਸਾਹਮਣੇ ਹੈਗੀ ਆ। ਸਰ, ਜਿਹੜੇ ਜ਼ਖਮੀ ਉਹਨਾਂ ਨੂੰ ਕਿੱਥੇ ਲਿਆਇਆ ਗਿਆ? ਜ਼ਖਮੀ ਜਿਹੜੇ ਬੰਦੇ ਸੀਗੇ ਉੱਥੇ ਪਹੁੰਚ ਗਏ ਨੇ ਆਪਣੇ ਆਪ, ਅਸੀਂ ਇੱਥੇ ਪਹੁੰਚੇ ਹਾਂ, ਇੱਥੇ ਕੋਈ ਨਹੀਂ ਸੀਗਾ ਜੀ।